ਆਵਾਰਾ ਪਸ਼ੂਆਂ ਤੋਂ ਆਪਦੀਆਂ ਫਸਲਾਂ ਬਚਾਉਣ ਦੇ ਲਈ ਕਿਸਾਨਾਂ ਨੂੰ ਵਾੜ ਕਰਦੇ ਤੁਸੀਂ ਜ਼ਰੂਰ ਦੇਖਿਆ ਹੋਣਾ ਪਰ ਕੀ ਤੁਹਾਨੂੰ ਪਤਾ ਕਿ ਦੁਨੀਆ ਦੇ ਇਤਿਹਾਸ ਦੀ ਸਭ ਤੋਂ ਲੰਮੀ ਵਾੜ ਕਿਹੜੇ ਦੇਸ਼ ਦੇ ਵਿੱਚ ਆ ਤਕਰੀਬਨ 5531 ਕਿਲੋਮੀਟਰ ਲੰਮੀ ਵਾੜ ਆ ਜਿਨ੍ਹਾਂ ਕੇ ਕਾਰਨ ਤੇ 8 ਸਾਲ ਲੱਗੇ ਸੀ ਤੇ ਇਹ ਵਾੜ ਕਰਨ ਦੇ ਪਿਛੇ ਇੱਕ ਬਹੁਤ ਇੰਟਰਸਟਿੰਗ ਸਟੋਰੀ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਸੇ ਹੀ ਸਟੋਰੀ ਦੇ ਬਾਰੇ ਗੱਲ ਕਰਨੀ ਆ ਸੋ ਆਪਣੀ ਸਟੋਰੀ ਸ਼ੁਰੂ ਹੁੰਦੀ ਆ ਜਦੋਂ ਕਲੋਨਾਈਜ਼ ਕਰਨ ਦੇ ਬਾਨੇ ਆਸਟ੍ਰੇਲੀਆ ਦੇ ਵਿੱਚ ਯੂਰੋਪੀਅਨਸ ਜਾਂ ਕਰੋਗੇ ਅੰਗਰੇਜ਼ ਆਉਂਦੇ ਆ ਤੇ ਇੱਥੋਂ ਦੇ ਜਿਹੜੇ ਅਬਰੀਜਨਲਸ ਹੁੰਦੇ ਆ ਨਾ ਜਦੋਂ ਉਹਨਾਂ ਦੇ ਨਾਲੇ ਮਿਲਦੇ ਆ ਉਹਨਾਂ ਨੂੰ ਦੇਖਦੇ ਆ ਨਾ ਤੇ ਇਹ ਬੜੇ ਹੈਰਾਨ ਹੁੰਦੇ ਆ ਕਿ ਉਹਨਾਂ ਨੂੰ ਖੇਤੀ ਦੇ ਬਾਰੇ ਕੁਝ ਵੀ ਨਹੀਂ ਪਤਾ ਹੁੰਦਾ ਕਿਉਂਕਿ ਇਹ ਪੂਰੀ ਦੁਨੀਆ ਤੋਂ ਆਈਸੋਲੇਟ ਹੁੰਦੇ ਆ ਤਾਂ ਕਰਕੇ ਇਹ ਆਪਣੀਆਂ ਜਿਹੜੀਆਂ ਫਸਲਾਂ ਜਿਹੜੀਆਂ ਇਹ ਯੂਰਪ ਦੇ ਵਿੱਚ ਵੀਜ ਰਹੇ ਹੁੰਦੇ ਆ ਨਾ ਉਹਨਾਂ ਨੂੰ ਵੀ ਆਸਟ੍ਰੇਲੀਆ ਦੇ ਵਿੱਚ ਲੈ ਕੇ ਆਉਂਦੇ ਆ ਕਿਉਂਕਿ ਇਹਨਾਂ ਨੂੰ ਲੱਗਦਾ ਕਿ ਇੱਕ ਵੱਡਾ ਕੰਟੀਨੈਂਟ ਇਹਨਾਂ ਨੂੰ ਮਿਲ ਗਿਆ ਜਿੱਥੇ ਕਿ ਆਪਦੀਆਂ ਫਸਲਾਂ ਵੀਜਣਗੇ ਉਹਨਾਂ ਨੂੰ ਗਰੋ ਕਰਨਗੇ ਤੇ ਵਾਪਸ ਇੰਗਲੈਂਡ ਦੇ ਵਿੱਚ ਭੇਜ ਕੇ ਕਾਫੀ ਪੈਸਾ ਕਮਾ ਲੈਣਗੇ ਪਰ ਇਹਨਾਂ ਨੂੰ ਇਹ ਗੱਲ ਦਾ ਪਤਾ ਨਹੀਂ ਸੀ ਕਿ ਆਸਟ੍ਰੇਲੀਆ ਦੇ ਵਿੱਚ 90% ਇਨਸੈਕਟ ਪੈਸਟ ਜਾਂ ਐਨੀਮਲਸ ਅਜਿਹੇ ਨੇ ਜਿਹੜੇ ਕਿ ਪੂਰੀ ਦੁਨੀਆ ਦੇ ਵਿੱਚ ਨਹੀਂ ਮਿਲਦੇਗੇ ਕਿਉਂਕਿ ਆਸਟ੍ਰੇਲੀਆ ਇੱਕ ਟੋਟਲੀ ਆਈਸੋਲੇਟ ਕੰਟਰੀ ਆ ਪੂਰੀ ਦੁਨੀਆ ਤੋਂ ਵੱਖਰੀ ਕੰਟਰੀ ਆ ਤਾਂ ਕਰਕੇ ਇੱਥੇ ਜਿਹੜੀਆਂ ਪ੍ਰਜਾਤੀਆਂ ਐਨੀਮਲਸ ਦੀਆਂ ਮਿਲਦੀਆਂ ਉਹ ਪੂਰੀ ਦੁਨੀਆ ਦੇ ਵਿੱਚ ਨਹੀਂ ਮਿਲਦੀਆਂ ਤਾਂ ਇਹ ਜਦੋਂ ਆਪਣੀ ਖੇਤੀ ਕਰਨੀ ਸ਼ੁਰੂ ਕਰ ਦਿੰਦੇ ਆ ਨਾ ਤਾਂ ਉਸ ਤੋਂ ਬਾਅਦ ਇਹ ਦੇਖਦੇ ਆ ਕਿ ਜਦੋਂ ਇਹ 슈ਗਰ ਕੇਨ ਦੀ ਯਾਨੀ ਕਿ ਗੰਨੇ ਦੀ ਖੇਤੀ ਕਰਦੇ ਆ ਨਾ ਤਾਂ ਉਹਨੂੰ ਇਹ ਅਜਿਹੇ ਪੈਸਟ ਲੱਗਣ ਲੱਗ ਜਾਂਦੇ ਆ ਜਿਨ੍ਹਾਂ ਦਾ ਇਹਨਾਂ ਕੋਲ ਕੋਈ ਤੋੜ ਨਹੀਂ ਹੁੰਦਾ ਤਾਂ ਫਿਰ ਇਹ ਕੀ ਕਰਦੇ ਆ ਕਣਕ ਦੀ ਖੇਤੀ ਕਰਨੀ ਸ਼ੁਰੂ ਕਰ ਦਿੰਦੇ ਆ ਕਣਕ ਦੀ ਖੇਤੀ ਨੂੰ ਵੀ ਇਨਸੈਕਟ ਖਾਂਣ ਲੱਗ ਜਾਂਦੇ ਆ ਤੇ ਉਹ ਵੀ ਖੇਤੀ ਫੇਰ ਰਹਿੰਦੀ ਆ ਤੇ ਇਹਨਾਂ ਨੂੰ ਲੱਗਿਆ ਕਿ ਜੇਕਰ ਖੇਤੀ ਕਾਮਯਾਬ ਨਹੀਂ ਹੋ ਰਹੀ ਤਾਂ ਕਿਉਂ ਨਾ ਇਸ ਮੁਲਖ ਦੇ ਵਿੱਚ ਸ਼ੀਪ ਫਾਰਮਿੰਗ ਕੀਤੀ ਜਾਵੇ ਇਹ ਯੂਰਪ ਤੋਂ ਭੇਡਾਂ ਮੰਗਾ ਲੈਂਦੇ ਆ ਕਿਉਂਕਿ ਇਹਨਾਂ ਨੂੰ ਲੱਗਿਆ ਕਿ ਇੱਕ ਤਾਂ ਜਿਹੜੀ ਭੇਡਾਂ ਦੀ ਔਨਾ ਉਹਨੂੰ ਵਾਪਸ ਇੰਗਲੈਂਡ ਦੇ ਵਿੱਚ ਭੇਜਿਆ ਕਰਨਗੇ ਤੇ ਦੂਜਾ ਜਿਹੜੀਆਂ ਭੇਡਾਂ ਉਹਨਾਂ ਦਾ ਮੀਟ ਵੀ ਇਹਨਾਂ ਨੂੰ ਮਿਲ ਜਾਇਆ ਕਰੂਗਾ ਤਾਂ ਕਰਕੇ ਇਹ ਸ਼ੀਪ ਫਾਰਮਿੰਗ ਕਰਨੀ ਸ਼ੁਰੂ ਕਰ ਦਿੰਦੇ ਆ ਕਾਫੀ ਵਧੀਆ ਰਹਿੰਦੀ ਹੈ ਇਹਨਾਂ ਦੀ ਸ਼ੀਪ ਫਾਰਮਿੰਗ ਕਿਉਂਕਿ ਆਸਟ੍ਰੇਲੀਆ ਦਾ ਜਿਹੜਾ ਵੈਦਰ ਸੀ ਨਾ ਉਹ ਸ਼ੀਪਸ ਦੇ ਲਈ ਬਹੁਤ ਵਧੀਆ ਸੀਗਾ ਤਾਂ ਕਰਕੇ ਇਹਨਾਂ ਦੀ ਜਿਹੜੀ ਇਹ ਸ਼ੀਪ ਫਾਰਮਿੰਗ ਹੈ ਨਾ ਉਹ ਕਾਫੀ ਸਕਸੈਸਫੁਲ ਰਹਿੰਦੀ ਆ ਪਰ ਇਹਨਾਂ ਦੇ ਅੱਗੇ ਇੱਕ ਪ੍ਰੋਬ ਮੇਨ ਕਰੈਕਟਰ ਦੀ ਜਾਨੀਕੇ ਸ਼ੀ ਫਾਰਮ ਦੇ ਉੱਪਰ ਅਟੈਕ ਕਰਨ ਲੱਗ ਜਾਂਦੇ ਆ ਡਿੰਗੋਜ਼ ਡਿੰਗੋਜ਼ ਕੀ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਆ ਕਿ ਇਹ ਜੰਗਲੀ ਕੁੱਤਿਆਂ ਦੀ ਨਸਲ ਆ ਇੱਕ ਜਿਹੜੇ ਕਿ ਆਸਟ੍ਰੇਲੀਆ ਦੇ ਵਿੱਚ ਹੀ ਮਿਲਦੀ ਸੀਗੀ ਉਸ ਟਾਈਮ ਤੇ ਇਹੇ ਜਿਹੜੇ ਡਿੰਗੋਜ਼ ਆ ਨਾ ਇਹ ਆਸਟ੍ਰੇਲੀਆ ਦੇ ਇਕੋਸਿਸਟਮ ਦੇ ਵਿੱਚ ਇੱਕ ਮੇਨ ਰੋਲ ਪਲੇ ਕਰਦੇ ਸੀਗੇ ਕਿਉਂਕਿ ਆਸਟ੍ਰੇਲੀਆ ਦਾ ਜਿਹੜਾ ਇਕੋਸਿਸਟਮ ਸੀ ਨਾ ਉਹਦੇ ਵਿੱਚ ਇਹ ਜਿਹੜੇ ਡਿੰਗੋ ਸੀਗੇ ਇਹ ਕੈਂਗਰੂਜ਼ ਨੂੰ ਖਾ ਜਾਂਦੇ ਸੀਗੇ ਕਿਉਂਕਿ ਜੇਕਰ ਇਹ ਕੈਂਗਰੂਜ਼ ਨੂੰ ਨਾ ਖਾਂਦੇ ਨਾ ਤਾਂ ਸ਼ਾਇਦ ਆਸਟ੍ਰੇਲੀਆ ਦੇ ਵਿੱਚ ਕੈਂਗਰੂਜ਼ ਦੀ ਗਿਣਤੀ ਇੰਨੀ ਜ਼ਿਆਦਾ ਹੋ ਜਾਣੀ ਸੀ ਕਿ ਉਹਨਾਂ ਨੇ ਆਸਟ੍ਰੇਲੀਆ ਦੀ ਜਿਹੜੀ ਸਾਰੀ ਬਨਸਪਤੀ ਆ ਸਾਰਾ ਘਾਹ ਹੌਸਾ ਉਹ ਖਾ ਜਾਣਾ ਸੀ ਤੇ ਜਿਹੜੇ ਛੋਟੇ ਮਾਮਲਾ ਉਹਨਾਂ ਦੇ ਲਈ ਕੁਝ ਵੀ ਨਹੀਂ ਬਚਣਾ ਸੀ ਤਾ ਕਰਕੇ ਇੱਕ ਬਹੁਤ ਵਧੀਆ ਇਕੋਸਿਸਟਮ ਕਈ ਹਜ਼ਾਰ ਸਾਲਾਂ ਤੋਂ ਚੱਲਦਾ ਆ ਰਿਹਾ ਸੀਗਾ ਤਾਂ ਕਰਕੇ ਇੰਨੇ ਜ਼ਿਆਦਾ ਇੰਪੋਰਟੈਂਟ ਸੀਗੇ ਆਸਟ੍ਰੇਲੀਆ ਦੇ ਇਕੋਸਿਸਟਮ ਦੇ ਵਿੱਚ ਡਿੰਗੋਜ਼ ਪਰ ਆਸਟ੍ਰੇਲੀਆ ਦੇ ਵਿੱਚ ਅੰਗਰੇਜ਼ ਜਦੋਂ ਸ਼ੀ ਫਾਰਮਿੰਗ ਕਰਨੀ ਸ਼ੁਰੂ ਕਰ ਦਿੰਦੇ ਆ ਨਾ ਤਾਂ ਡਿੰਗੋਜ਼ ਆਪਣਾ ਨਮਾਸ਼ਕਾਰ ਕਰਨਾ ਸ਼ੁਰੂ ਕਰ ਦਿੰਦੇ ਆ ਡਿੰਗੋਜ਼ ਇਹਨਾਂ ਦੇ ਫਾਰਮ ਦੇ ਉੱਪਰ ਅਟੈਕ ਕਰਦੇ ਆ ਜਿੰਨੀਆਂ ਵੀ ਭੇਡਾਂ ਹੁੰਦੀਆਂ ਉਹਨਾਂ ਨੂੰ ਮਾਰ ਕੇ ਖਾ ਜਾਂਦੇ ਆ ਤਾਂ ਕਰਕੇ ਜਿਹੜੇ ਸ਼ੀ ਫਾਰਮਰ ਹੁੰਦੇ ਆ ਨਾ ਉਹਨਾਂ ਨੂੰ ਕਾਫੀ ਘਾਟਾ ਪੈਣ ਲੱਗ ਜਾਂਦਾ ਉਹ ਬਹੁਤ ਦੁਖੀ ਹੁੰਦੇ ਆ ਤੇ ਉਸ ਤੋਂ ਬਾਅਦ ਜਿਹੜੇ ਇਹ ਅੰਗਰੇਜ਼ ਆ ਨਾ ਇਹ ਸ਼ੀ ਫਾਰਮਿੰਗ ਨੂੰ ਬਚਾਉਣ ਦੇ ਲਈ ਇੱਕ ਪਲਾਨ ਬਣਾਉਂਦੇ ਆ ਇਹ ਕਿ ਸੋਚਦੇ ਆ ਕਿ ਇੱਕ ਵੱਡੀ ਸਾਰੀ ਫੈਂਸ ਬਣਾ ਦਿੰਦੇ ਆ ਤਾਕੇ ਉਸ ਫੈਂਸ ਦੀ ਇੱਕ ਸਾਈਡ ਤੇ ਇਹ ਸ਼ੀ ਫਾਰਮਿੰਗ ਕਰ ਸਕਣਾ ਤੇ ਦੂਜੀ ਸਾਈਡ ਤੇ ਡਿੰਗੋਜ਼ ਰਹਿ ਸਕਣਾਂ ਤਾਂ ਕਰਕੇ ਇਹ ਫੈਂਸ ਬਣਾਉਣੀ ਸ਼ੁਰੂ ਕਰਦੇ ਆ ਤਕਰੀਬਨ 8 ਸਾਲ ਲੱਗ ਜਾਂਦੇ ਇਹਨਾਂ ਨੂੰ ਫੈਂਸ ਬਣਾਉਂਦੇ ਬਣਾਉਂਦੇ ਤੇ ਤਕਰੀਬਨ 5531 ਕਿਲੋਮੀਟਰ ਲੰਮੀ ਇਹ ਫੈਂਸ ਬਣਾ ਦਿੰਦੇ ਆ ਤੇ ਇਹ ਫੈਂਸ ਬਣਨ ਤੋਂ ਬਾਅਦ ਇਹ ਫੈਂਸ ਕਾਮਯਾਬ ਵੀ ਰਹਿੰਦੀ ਆ ਕਿਉਂਕਿ ਡਿੰਗੋਜ਼ ਆ ਜਿਹੜੇ ਉਹ ਫੈਂਸ ਟੱਪ ਕੇ ਦੂਜੀ ਸਾਈਡ ਤੇ ਨਹੀਂ ਆ ਸਕਦੇ ਉਹ ਫੈਂਸ ਦੀ ਇੱਕ ਸਾਈਡ ਤੇ ਰਹਿ ਜਾਂਦੇ ਆ ਤੇ ਦੂਜੀ ਸਾਈਡ ਤੇ ਸ਼ੀ ਫਾਰਮਿੰਗ ਹੁੰਦੀ ਰਹਿੰਦੀ ਆ ਜਿਹਦੇ ਕਰਕੇ ਜਿਹੜੇ ਸ਼ੀ ਫਾਰਮਰ ਆ ਉਹ ਬਹੁਤ ਖੁਸ਼ ਹੁੰਦੇ ਆ ਪਰਾ ਇਹ ਜਿਹੜੇ ਡਿੰਗੋ ਸੀ ਇਹ ਬਹੁਤ ਮੇਨ ਰੋਲ ਪਲੇ ਕਰ ਰਹੇ ਸੀ ਆਸਟ੍ਰੇਲੀਆ ਦੇ ਇਕੋਸਿਸਟਮ ਦੇ ਵਿੱਚ ਜਦੋਂ ਐਡੀ ਵੱਡੀ ਵਾਰਡ ਕੀਤੀ ਜਾਂਦੀ ਹੈ ਨਾ ਆਸਟ੍ਰੇਲੀਆ ਦੇ ਵਿੱਚ ਤਾਂ ਆਸਟ੍ਰੇਲੀਆ ਦਾ ਜਿਹੜਾ ਸਾਰਾ ਇਕੋਸਿਸਟਮ ਆ ਉਹ ਵਿਗੜ ਜਾਂਦਾ ਕਿਉਂਕਿ ਇਹ ਡਿੰਗੋ ਸੀਗੇ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਦੱਸਿਆ ਕਿ ਇਹ ਕੈਂਗਰੂਜ਼ ਦਾ ਸ਼ਿਕਾਰ ਕਰਦੇ ਸੀਗੇ ਤਾਂ ਇਹਨਾਂ ਨੂੰ ਕੈਂਗਰੂਜ਼ ਵੀ ਮਿਲਣੋਂ ਹਟ ਗਏ ਉਸ ਵੱਡੇ ਏਰੀਆ ਦੇ ਵਿੱਚ ਤਾਂ ਕਰਕੇ ਆਸਟ੍ਰੇਲੀਆ ਦੇ ਵਿੱਚ ਜਿਹੜੀ ਕੈਂਗਰੂਜ਼ ਦੀ ਗਿਣਤੀ ਆ ਉਹ ਬਹੁਤ ਜ਼ਿਆਦੇ ਵੱਡੀ ਮਾਤਰਾ ਦੇ ਵਿੱਚ ਵਧ ਗਈ ਜਿਹਦੇ ਕਰਕੇ ਉਹ ਜ਼ਿਆਦਾ ਘਾਹ ਖਾਣ ਲੱਗ ਗਏ ਜਿਹਦੇ ਕਰਕੇ ਆਸਟ੍ਰੇਲੀਆ ਦੇ ਵਿੱਚ ਫਿਰ ਸੋਇਲ ਅਰੋਜਨ ਵੀ ਹੁੰਦਾ ਆਸਟ੍ਰੇਲੀਆ ਦਾ ਸਾਰਾ ਇਕੋਸਿਸਟਮ ਵਿਗੜ ਜਾਂਦਾ ਜਿਸ ਦਾ ਕਿ ਅਸਰ ਅੱਜ ਤੱਕ ਆਸਟ੍ਰੇਲੀਆ ਦੇ ਵਿੱਚ ਆ ਅੱਜ ਤੱਕ ਆਸਟ੍ਰੇਲੀਆ ਦਾ ਵੈਦਰ ਸਵੇਰ ਹੋਰ ਆ ਦੁਪਹਿਰੇ ਹੋਰ ਆ ਤੇ ਸ਼ਾਮ ਨੂੰ ਹੋਰ ਆ ਐਸੇ ਹੀ ਰੀਜ਼ਨ ਦੇ ਕਰਕੇ ਐਡੀ ਵੱਡੀ ਫੈਸਲ ਦੇ ਕਰਕੇ ਆਸਟ੍ਰੇਲੀਆ ਦਾ ਸਾਰਾ ਇਕੋਸਿਸਟਮ ਤਾਂ ਵਿਗੜ ਜਾਂਦਾ ਪਰ ਜਿਹੜੇ ਸ਼ੀ ਫਾਰਮਰ ਆ ਉਹ ਬਹੁਤ ਖੁਸ਼ ਹੁੰਦੇ ਆ ਕਿਉਂਕਿ ਉਹਨਾਂ ਦੀ ਜਿਹੜੀ ਇਨਕਮ ਆ ਉਹ ਹਰ ਰੋਜ਼ ਦੁੱਗਣੀ ਹੁੰਦੀ ਜਾਂਦੀ ਆ ਪਰ ਓਵਰਾਲ ਪੂਰੀ ਦੁਨੀਆ ਦੇ ਨਜ਼ਰੀਏ ਤੋਂ ਦੇਖੀਏ ਤਾ ਐਡੀ ਵੱਡੀ ਫੈਂਸ ਬਣਾਉਣ ਤੋਂ ਬਾਅਦ ਇਹ ਪੂਰੀ ਦੁਨੀਆ ਦੇ ਲਈ ਇੱਕ ਕਹਿ ਲਓ ਤੁਸੀਂ ਘਾਟੇ ਦਾ ਸੌਦਾ ਸੀਗਾ ਕਿਉਂਕਿ ਇਸ ਨੇ ਇੱਕ ਦੇਸ਼ ਦਾ ਪੂਰਾ ਇਕੋਸਿਸਟਮ ਵਿਗਾੜ ਕੇ ਰੱਖਤਾ ਤੇ ਐਸੀ ਕੀ ਵੀਡੀਓ ਡਿੰਗੋ ਫੈਂਸ ਦੇ ਬਾਰੇ ਤੇ ਆ ਵੀਡੀਓ ਤੇ ਕਲਿੱਕ ਕਰਕੇ ਦੇਖਿਓ ਕਿ ਆਸਟ੍ਰੇਲੀਆ ਦੀ ਆਰਮੀ ਈਮੋਸ ਤੋਂ ਕਿਵੇਂ ਜੰਗ ਹਾਰ ਗਈ ਆਪਾਂ ਤੁਹਾਡੇ ਨਾਲ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ